ਸਤਿ ਸ਼੍ਰੀ ਅਕਾਲ ਜੀ, ਆਪਣੇ ਫੇਸਬੁੱਕ ਪੇਜ ਯੂਟਿਊਬ ਪੇਜ 'ਤੇ ਸਾਰਿਆਂ ਦਾ ਸਵਾਗਤ ਹੈ। ਬਾਈ, ਜਿਹਨੇ ਫੇਸਬੁੱਕ ਪੇਜ ਫੋਲੋ ਨਹੀਂ ਕਰਿਆ ਫੋਲੋ ਕਰ ਲਿਓ, ਜਿਹਨੇ ਯੂਟਿਊਬ ਚੈਨਲ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ। ਬਾਈ, ਤੁਹਾਨੂੰ ਮਗਰ ਖੜ੍ਹੇ ਟਰੈਕਟਰਾਂ ਦਾ ਪਤਾ ਲੱਗ ਕੇ ਗਿਆ ਹੋਣਾ, ਅੱਜ ਆਪਾਂ ਬਾਈ ਮੋਡੀਫਿਕੇਸ਼ਨ ਕਰਾਉਣ ਜਾ ਰਹੇ ਹਾਂ ਆਪਣੇ ਟਰੈਕਟਰ ਦੀ। ਵੈਸੇ ਇਸ ਟਰੈਕਟਰ ਦੀ ਪਹਿਲਾਂ ਹੀ ਮੋਡੀਫਿਕੇਸ਼ਨ ਹੋਈ ਹੋਈ ਹੈ, ਇਹ 5310 ਹੈ, ਅਤੇ ਪਹਿਲਾਂ ਵੀ ਥੋੜ੍ਹੀ ਇਹ 'ਚ ਮੋਡੀਫਿਕੇਸ਼ਨ ਕੀਤੀ ਸੀਗੀ, ਅਤੇ ਹੁਣ ਵੀ ਦੁਬਾਰੇ ਆਪਾਂ ਇਹਦੇ ਵਿੱਚ ਅੱਜ ਨਵੀਂ ਹੋਰ ਮੋਡੀਫਿਕੇਸ਼ਨ ਕਰਾ ਰਹੇ, ਥੋੜ੍ਹੀ ਇਹਦੀ HP ਹੋਰ ਵਧਵਾ ਰਹੇ ਹਾਂ। ਟਿਕਟ 5503S ਹੈ, ਇਹ ਟਰੈਕਟਰ ਨੋਰਮਲ ਹੈ, ਇਹਦੇ 'ਚ ਕੋਈ ਮੋਡੀਫਿਕੇਸ਼ਨ ਨਹੀਂ ਹੋਈ ਹੋਈ, ਅਤੇ ਆਪਾਂ ਇਹਦੇ 'ਚ ਵੀ ਹੁਣ ਮੋਡੀਫਾਈ ਕਰ ਰਹੇ ਹਾਂ ਇਹਨੂੰ ਵੀ, ਆਪਾਂ 50-60 HP ਦੀ ਕੈਟਾਗਰੀ 'ਚ ਲੈ ਕੇ ਜਾ ਰਹੇ ਹਾਂ। ਵੀ ਲਾ ਲਓ ਆਪਾਂ ਘੱਟੋ ਘੱਟ 15-20 HP ਇਹਦੀ ਵਧਾਉਣੀ ਹੈਗੀ, ਅਤੇ ਬਾਕੀ ਇਹਦੀ ਆਪਾਂ ਪਹਿਲਾਂ ਹੁਣ ਇੱਕ ਵਾਰੀ ਟੈਸਟਿੰਗ ਕਰ ਲਈ ਸੀਗੀ ਵੀ ਮੋਡੀਫਿਕੇਸ਼ਨ ਤੋਂ ਪਹਿਲਾਂ ਕਿਵੇਂ ਹੈ, ਅਤੇ ਮੋਡੀਫਿਕੇਸ਼ਨ ਤੋਂ ਬਾਅਦ ਵੀ ਕਿੰਨਾ ਕੁ ਜ਼ੋਰ ਲਾਉਂਦਾ, ਉਹਦੀ ਵੀਡੀਓ ਆਪਾਂ ਐਡ ਕਰਕੇ ਪਾਵਾਂਗੇ। ਬਾਕੀ ਹੋਰ ਵੀਡੀਓ ਦੇਖਣ ਵਾਸਤੇ ਨਾ, ਜਿਹੜੇ ਵੀ ਆਪਾਂ ਅੱਗੇ ਕੀ ਕਰਨਾ, ਆਪਣੇ ਪੇਜ ਨੂੰ ਫੋਲੋ ਕਰ ਲਿਓ, ਅਤੇ ਆਪਣੇ ਇੰਸਟਾਗ੍ਰਾਮ ਪੇਜ ਨੂੰ ਵੀ, ਮੱਖਣ ਫੁੱਕਰ ਬਲੌਗ ਨੂੰ ਵੀ ਫੋਲੋ ਕਰ ਲਿਓ। ਅਤੇ ਬਸ ਚਲੋ ਆਪਾਂ ਚੱਲਦੇ ਹਾਂ ਫਿਰ, ਟਰੈਕਟਰ ਲੈ ਕੇ ਚੱਲਦੇ ਹਾਂ ਬਾਈ ਅਮਨ ਹੋਰਾਂ ਕੋਲ, ਅਤੇ ਮੋਡੀਫਿਕੇਸ਼ਨ ਕਰ ਲਓ। ਵੀ ਬੱਜ ਗਏ ਸੈਲਫ, ਇਹ ਚੋਪਰ ਚੱਲ ਪਿਆ ਹੋਣਾ, ਸੰਧੂ ਟਰੈਕਟਰ ਏਜੰਸੀ ਵਧੀ ਲੈ ਕੇ ਚੱਲਦੇ ਹਾਂ ਟਰੈਕਟਰ ਆਪਣੀ ਏਜੰਸੀ 'ਚ, ਅਤੇ ਉੱਥੇ ਫਿਰ ਕਰਦੇ ਇਹਨਾਂ ਦੀ ਮੋਡੀਫਿਕੇਸ਼ਨ, ਪੰਪ ਖੋਲ੍ਹ ਕੇ ਲੈ ਕੇ ਜਾਵਾਂਗੇ, ਦੋਨਾਂ ਦੇ ਪੰਪ ਖੋਲ੍ਹਾਂਗੇ, ਪੰਪ ਕਰਾ ਕੇ ਅਤੇ ਹੋਰ ਜਿਹੜੀ ਮੋਡੀਫਿਕੇਸ਼ਨ ਕਰਨੀ ਆ ਉਹ ਕਰਕੇ ਫਿਰ ਤੁਹਾਨੂੰ ਦਿਖਾਵਾਂਗੇ ਵੀਡੀਓ। ਅਤੇ ਜਿਹੜੇ ਨੇ ਹਜੇ ਤੱਕ ਫੋਲੋ ਨਹੀਂ ਕੀਤਾ ਆਪਣੇ ਪੇਜ ਨੂੰ ਫੋਲੋ ਕਰ ਲਓ, ਜਿਹੜੇ ਨੇ ਆਪਣੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ। ਅਤੇ ਆਪਾਂ ਆਪਣੇ ਘੋੜੇ ਦੀ ਮਾਰੀਏ ਕਿੱਕ, ਹੋ ਜਾ ਭਰਾਵਾ ਸਟਾਰਟ, ਹੋ ਗਿਆ ਸਟਾਰਟ, ਇਹ ਵੀ ਚੱਲ ਪਏ ਮੁੰਡੇ, ਵੀ ਚੱਲ ਪਏ ਮੁੰਡੇ, ਪਹੁੰਚ ਗਏ ਸ਼ਹਿਰ ਰੱਖੀਏ, ਲੋਕਾਂ ਦੇ ਪਬਲਿਕ ਰਿਐਕਸ਼ਨ ਦੇਖਣ ਵਾਲੇ ਨੇਗੇ। ਅਤੇ ਦੋ ਟਰੈਕਟਰ ਆਪਾਂ ਲੈ ਕੇ ਜਾਂਦੇ ਇਕੱਠੇ, ਲੋਕਾਂ ਨੂੰ ਰਾਤ ਨੂੰ ਕਿਤੇ ਟੋਜਨ ਟੂਜਨ ਦੇ ਜਾਂਦੇ ਹੈ, ਝਾਕਦੇ ਆ ਮੁੜ ਮੁੜ ਕੇ। ਦੇਖੋ ਥੋੜ੍ਹੀ ਜਿਹੀ ਆਪਣੇ ਟਰਬੋ ਟਰਬੋ ਦੀ ਆਵਾਜ਼ ਵੀ ਚੰਗੀ ਹੈਗੀ, ਪਿਛਲਾਂ ਪਿਛਲਾਂ ਵੀ ਚੰਗੀਆਂ ਮਾਰਦਾ, ਐਂ ਦੇਖਦੇ ਪਤਾ ਨਹੀਂ ਕਿਹੜੇ ਟੋਜਨਾਂ 'ਤੇ ਚੱਲ ਰਹੇ ਆ, ਕੋਈ ਸ਼ੋਅ ਸ਼ੂਅ ਜੀ ਲਾਈ ਲਾਉਣ ਕਰਕੇ ਐਂ ਲੱਗਦਾ ਪਤਾ ਨਹੀਂ ਕਿੱਡਾ ਕੁ ਤਕੜਾ ਜਮਦੂਤ ਜਾਈ ਜਾਂਦਾ। ਇਕਬਾਲ ਅਤੇ ਅਰਸ਼ ਦੋਨੇ ਟਰੈਕਟਰ ਲੈ ਕੇ ਪਹੁੰਚ ਗਏ ਸੰਧੂ ਟਰੈਕਟਰ ਏਜੰਸੀ, ਐਂ ਕਰ ਪਿੱਛੋਂ ਦੀ ਵਰਕਸ਼ਾਪ, ਸੰਧੂ ਟਰੈਕਟਰ ਏਜੰਸੀ ਪਹੁੰਚ ਗਈ। ਬਾਕੀ ਸਾਡਾ ਕੋਚ ਸਾਹਿਬ ਖੜਾ ਹੈਗਾ, ਕੰਨ ਨਾਲ ਫੋਨ ਲਾਈ, ਕਹਿੰਦੇ ਸੰਧੂ ਸਾਹਿਬ ਨੂੰ ਲਾ ਰੱਖਿਆ, ਕਹਿੰਦੇ ਅਮਨ ਬਾਈ ਨਾਲ ਲੱਗ ਰਿਹਾ ਗੱਲ ਕਰਨ, ਅਤੇ ਆਪਾਂ ਪਹੁੰਚਦੇ ਆਵਾਂਗੇ ਪਿੱਛੇ ਵਰਕਸ਼ਾਪ। ਚੱਲ ਆ ਜੀ, ਲਾ ਦੇ ਇੱਥੇ, ਲਾ ਦੇ, ਦੂਜਾ ਵੀ ਆ ਗਿਆ, ਲਿਆ ਵੀ ਲਿਆ, ਇੱਥੇ ਅੱਗੇ ਲਾ ਦੇ, ਇੱਧਰ ਸਿੱਧਾ ਜਿਹਾ ਕਰ ਦੇ, ਹੋਰ ਕੀ ਹਾਲ ਨੇ, ਲੋਟ ਹੈ, ਹੋਰ ਸੀ ਕਿਵੇਂ, ਠੀਕ ਹੋ, ਲੈ ਫਿਰ ਇਹਨਾਂ ਹੀ ਕਰਦੇ ਡਾਕਟਰੀ, ਦੋਨਾਂ ਦੇ ਖੋਲ੍ਹਦੇ ਪੰਪ, ਇਹਦਾ ਅਤੇ ਇਹਦਾ ਵੀ, ਠੀਕ ਹੈ, ਦਵਾਈ ਵਧੀਆ ਦੇਣੀ ਹੈ, ਟੀਕਾ ਟੂਕਾ ਵਧੀਆ ਲਾਉਣਾ, ਠੀਕ ਹੈ, ਲੈ 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 ਲੈ, ਇਹ ਬੁੜਾ ਕਿਹੜਾ ਘੱਟ ਹੈ, ਜਵਾਨ ਕਹਾਉਂਦਾ, ਕਹਿੰਦਾ ਮੈਂ ਤਾਂ ਜਵਾਨ ਹਾਂ ਚੋਪਰ ਹਾਂ, ਕਹਿੰਦਾ ਹੋਇਆ ਕੀ, ਦਾੜੀ ਚਿੱਟੀ ਹੈ, ਕਹਿੰਦਾ ਦਿਲ ਤਾਂ ਮੇਰਾ ਹਜੇ ਜਵਾਨ ਹੀ ਹੈ, ਕਹਿੰਦਾ ਦਿਲ ਤਾਂ ਕਹਿੰਦਾ 18 ਸਾਲ ਵਾਲਾ ਹੀ ਹੈ, ਦਾੜੀ ਵੀ ਚਿੱਟੀ ਹੈ, ਕਹਾਉਂਦਾ ਨਹੀਂ, ਕਹਿੰਦਾ ਕੋਈ ਐਂ ਕਹਿੰਦੇ ਬਾਬਾ ਬਾਬਾ ਕਹਾ ਕੇ ਜਮੀ ਰਾਜੀ ਸੀਗਾ, ਮੈਂ ਕਿਹੜੇ ਪਾਸੇ ਬਾਬਾ ਲੱਗਦਾ, ਮੈਂ ਬਾਬਾ ਕਹਾ ਕੇ ਖੁਸ਼ ਨਹੀਂ ਹੈਗਾ ਨਾ, ਚਾਚਾ ਹੀ ਕਹਾਉਂਦਾ, ਹੱਸੀਗਾ ਬਾਬਾ ਜੀ, ਉਹ ਬਾਬਾ ਕਹਾ ਕੇ ਖੁਸ਼ ਨਹੀਂ ਹੈਗਾ, ਕਹਿੰਦਾ ਚਾਚਾ ਕਿਹਾ ਕਰੂ, ਕਹਿੰਦਾ ਮੈਨੂੰ ਲੈ ਗੱਲਾਂ ਦੇਖ ਲਓ, ਕਹਿੰਦੇ ਮੇਰੇ ਵੀਰ ਰਵੀ ਗੁੱਜਰ ਵੀ ਆ ਗਿਆ ਵਿੱਚ, ਕਹਿੰਦੇ ਹੁਣ ਇਹ ਡੈਮੋਸਟ੍ਰੇਟਰ ਵਾਲਾ ਛੱਡ ਕੇ ਕੰਮ ਹੁਣ ਪਾਰਟ ਪੂਟ ਵੇਚਣ ਲੱਗ ਗਿਆ ਇਹ, ਅਤੇ ਇਹ ਮੁੰਡਾ ਉਹਨੂੰ ਸ਼ਰੀਫ ਹੋ ਗਿਆ, ਅਤੇ ਇਹਦੇ ਟੀਕਾ ਧਰਤਾ ਹੁਣ, ਡਾਕਟਰ ਸਾਹਿਬ ਆਪ ਹੋਏ ਮੂਹਰੇ, ਹੁਣ ਦੇਖੋ ਹੁਣ ਕੀ ਕਰਦੇ ਕੀ ਨਹੀਂ,
ਚੱਕ ਲਏ ਚਾਬੀਆਂ ਪਾਨੇ ਕਹਿੰਦੇ ਇੱਕ ਪਾਸਾ ਕਰਕੇ ਇਹਨੇ ਅਤੇ ਠੀਕ ਆ ਇਹਦੇ ਵੀ ਧਰਨਾ ਹੁਣ ਨਾਲ ਦੀ ਨਾਲ ਜਸਵਿੰਦਰ ਨੂੰ ਲਾ ਤਾ ਇਹਦੇ ਕੰਮ ਕਰਨ ਵੀ ਇਹਦਾ ਵੀ ਪੰਪ ਖੋਲ ਲਾ ਹੁਣ ਜਸਵਿੰਦਰ ਨੇ ਇੱਧਰ ਇਹਦਾ ਵੀ ਕਰਤਾ ਆਪਰੇਸ਼ਨ ਜਸਵਿੰਦਰ ਇਹਦੀ ਜ਼ਿੰਮੇਵਾਰੀ ਤੇਰੇ 'ਤੇ ਹੈ ਟੀਕਾ ਚੰਗਾ ਲਾਉਣਾ ਇਹਦੇ ਪਤਾ ਕੀ ਹੈ ਜਿਹੜੀਆਂ ਲੀਲੀਆਂ ਫੀਲੀਆਂ ਜਾਂ ਹੁੰਦੀਆਂ ਉੱਡੀਆਂ ਫਿਰਦੇ ਸਾਰਿਆਂ ਉੱਤੋਂ ਦੇ ਗੇੜਾ ਦਵਾਉਣਾ ਇਹ ਤੋਂ ਠੀਕ ਹੈ ਹਾਂ ਇੱਧਰ ਕੋਚ ਹੋ ਰਿਹਾ ਉੱਤੇ ਥੱਲੇ ਜਮਾ ਐਨ ਪੂਰਾ ਜ਼ੋਰ ਲਾ ਰੱਖਿਆ ਖੁੱਲ ਗਏ ਸਾਰੇ ਇੱਧਰ ਮੁੰਡਿਆਂ ਨੂੰ ਰੀਲਾਂ ਦਾ ਕਰੇਜ਼ ਹੈ ਇੱਧਰ ਮੁੰਡਿਆਂ ਨੂੰ ਮੋਡੀਫਿਕੇਸ਼ਨ ਦਾ ਕਰੇਜ਼ ਹੈ ਫਰਕ ਇੰਨਾ ਕੀ ਹੈ ਕੀੜਾ ਸਾਰਿਆਂ ਦੇ ਹੁੰਦਾ ਪਰ ਜੇ ਕੀੜਿਆ ਦੋਨੇ ਹੁਣ ਤਾਂ ਚੰਗੀ ਗੱਲ ਹੈ ਦੂਜੇ ਨਸ਼ੇ ਪੱਤਿਆਂ ਵਾਲੇ ਕੀੜਿਆਂ ਨਾਲੋਂ ਮੈਨੂੰ ਐਂ ਲੱਗਦਾ ਮੁੰਡਾ ਆਹ ਤੁਹਾਡੇ ਨਾਲੋਂ ਜ਼ਿਆਦਾ ਤੇਜ਼ ਰਹਿ ਗਿਆ ਨਾ ਬਰਾਬਰ ਹੀ ਚੱਲ ਰਿਹਾ ਕੰਮ ਇੱਧਰ ਦੋ ਜਣੇ ਆ ਜਾਲਮਾ ਹੌਲੀ ਮਾਰ ਸੱਟ ਚੱਲ ਮਗਰਾ ਸੀ ਲੀਲੀ ਕੁਰੀ ਆ ਵੀ ਠੀਕ ਹੋ ਜੂਗੀ ਉਹਨਾਂ ਨਾਲ ਜਸਵਿੰਦਰ ਨੇ ਕਹਿੰਦੇ ਕਰਤਾ ਪੈਕ ਨਵਜਲਾਂ ਵੀ ਨਵਜਲਾਂ ਦਾ ਪੜਾਈ ਦੇ ਮੈਨੂੰ ਇਹਨਾਂ ਨੂੰ ਲੈ ਕੇ ਚੱਲਿਆ ਹੋਸਪਿਟਲ ਕਰਾ ਕੇ ਲਿਆਉਣਾ ਇਲਾਜ ਇਹਨਾਂ ਦੋਨਾਂ ਦਾ ਕਰਾ ਕੇ ਦੇ ਕੇ ਲਿਆਵਾਂਗੇ ਅਤੇ ਚੱਲਦੇ ਹਾਂ ਫਿਰ ਉਹ ਸਾਹਿਬ ਰੱਖੋ ਜੀ ਥੈਂਕ ਯੂ ਜੀ ਅਤੇ ਹੁਣ ਚੱਲੇ ਆਪਾਂ ਮਾਰ ਕੇ ਸੈਲਫ ਆਪਾਂ ਪਹੁੰਚ ਗਏ ਫਿਰ ਆਪਣੀ ਡੈਸਟੀਨੇਸ਼ਨ 'ਤੇ ਬਾਕੀ ਫਿਰ ਕਮੈਂਟ ਕਰਕੇ ਦੱਸੋ ਇਹ ਕਿਹੜਾ ਸ਼ਹਿਰ ਹੈ ਅਤੇ ਬਾਕੀ ਤੁਹਾਨੂੰ ਅੱਗੇ ਅੱਗੇ ਪਤਾ ਲੱਗ ਹੀ ਜਾਊਗਾ ਜਿਹੜਿਆਂ ਨੇ ਵੀਡੀਓ ਇੱਥੇ ਤੱਕ ਦੇਖੀ ਹੈ ਜ਼ਰੂਰ ਕਮੈਂਟ ਕਰਕੇ ਦੱਸੋ ਵੀ ਕਿਹੜੇ ਸ਼ਹਿਰ ਪਹੁੰਚੇ ਆਪਾਂ ਅਤੇ ਹੁਣ ਲੈ ਕੇ ਚੱਲਦੇ ਹਾਂ ਆਪਾਂ ਫਿਰ ਸ਼ੋਪ 'ਤੇ ਤੁਹਾਨੂੰ ਇੱਥੇ ਆਪਾਂ ਮੋਡੀਫਿਕੇਸ਼ਨ ਕਰਵਾਉਣੀ ਹੈ ਬਾਕੀ ਸਾਰਿਆਂ ਨੂੰ ਬਹੁਤ ਟੋਪ ਦਾ ਨਾਮ ਹੈ ਜਿਹੜਾ ਮੋਡੀਫਿਕੇਸ਼ਨ ਕਰਦਾ ਆਪਾਂ ਉੱਥੇ ਚੱਲਾਂਗੇ ਆਪਣੇ ਸਾਰੀਆਂ ਮੋਡੀਫਿਕੇਸ਼ਨ ਇੱਥੋਂ ਆਉਂਦੀਆਂ ਨੇਗੀਆਂ ਲਓ ਜੀ ਮੋਡੀਫਿਕੇਸ਼ਨ ਹੋਣ ਵਾਸਤੇ ਲੱਗ ਗਿਆ ਆਪਣਾ ਪੰਪ ਬਾਕੀ ਬਾਈਕ ਕੋਲ ਮਾਈਕੋ ਪੰਪ ਦੇ ਨਾਲ ਨਾਲ ਹੋਰ ਵੀ ਸਾਰੇ ਪੰਪਾਂ ਦੀ ਮੋਡੀਫਿਕੇਸ਼ਨ ਹੁੰਦੀ ਹੈ ਅਤੇ ਬਾਕੀ ਆਪਾਂ ਬਾਈ ਤੋਂ ਆਪ ਹੀ ਪੁੱਛਦੇ ਹਾਂ ਬਾਈ ਆਪਣੇ ਕੋਲ ਹੋਰ ਕਿਹੜੇ ਕਿਹੜੇ ਪੰਪਾਂ ਦੀ ਮੋਡੀਫਿਕੇਸ਼ਨ ਹੁੰਦੀ ਹੈ ਜੋਨਡੀਅਰ ਹੋ ਗਿਆ ਆਪਣੇ ਸੋਨਾਲੀਕਾ ਠੀਕ ਹੈ ਮਤਲਬ ਹਰ ਟੈਪ ਦੇ ਜਿਹੜੀ ਮਰਜ਼ੀ ਕੰਪਨੀ ਦਾ ਟਰੈਕਟਰ ਹੋਵੇ ਜੀ ਠੀਕ ਹੈ ਮੋਡੀਫਿਕੇਸ਼ਨ ਹੋ ਜਾਂਦੀ ਹੈ ਠੀਕ ਹੈ ਜੀ ਨਾਲ ਨਾਲ ਬਾਈ ਦਿਖਾ ਵੀ ਦਿਓ ਆਪਣੇ ਕੋਲ ਕੰਮ ਸਾਰਿਆਂ ਨੂੰ ਠੀਕ ਹੈ ਜੀ ਠੀਕ ਹੈ ਜੀ ਇਹ ਆਪਣੀ ਸਪੈਸ਼ਲ ਰੋਟਰੀ ਪੰਪ ਦੀ ਹੈ ਜੀ ਠੀਕ ਹੈ ਜੀ ਵੀ ਪੰਪ ਹੋ ਗਈ ਆਪਣਾ ਠੀਕ ਹੈ ਜੀ ਇੱਧਰ ਦੇ ਪਿੱਛੇ ਲਾਉਂਗੇ ਜੀ ਨਾਲ ਨਾਲ ਇਹ ਕਲੀ ਸੀਆਰਡੀ ਦੀ ਹੈ ਜੀ ਅੱਛਾ ਜੀ ਬਾਈ ਕੀ ਜਿਹੜੇ ਹੁਣ ਨਵੇਂ ਮਾਡਲ ਦੇ ਸੀਆਰਡੀ ਟਰੈਕਟਰ ਆਉਂਦੇ ਨੇਗੇ ਜਿਹੜੇ ਸੀਆਰਡੀ ਆਪਣੇ ਆ ਜਾਂਦੇ ਆ ਠੀਕ ਹੈ ਜੀ ਸਿਰਫ ਇਹਦੇ ਲਈ ਸੀਆਰਡੀ ਦੀ ਹੈ ਜੀ ਠੀਕ ਹੈ ਜੀ ਮਤਲਬ ਸਾਰੇ ਟਰੈਕਟਰਾਂ ਦੇ ਅੱਡ ਅੱਡ ਕੈਟਾਗਰੀ ਤੁਸੀਂ ਡਿਵਾਈਡ ਕਰ ਰੱਖਿਆ ਸੀਆਰਡੀ ਦੀ ਆਡਾ ਰੋਟਰ ਪੰਪ ਦੀ ਆਡਾ ਤੇ ਇਨਲਾਈਨ ਪੰਪ ਦੀ ਆਡਾ ਜੀ ਠੀਕ ਹੈ ਜੀ ਬਾਕੀ ਜਿਹੜੇ ਨੇ ਬਾਈ ਪਹੁੰਚਣਾ ਹੋ ਰਿਹਾ ਆਪਣੀ ਲੋਕੇਸ਼ਨ ਦੱਸ ਦਿਓ ਮਾੜਾ ਇੱਕ ਵਾਰੀ ਨੰਬਰ ਵੀ ਦੱਸ ਦਿਓ ਬੋਲ ਕੇ ਬਾਈ ਲੋਕੇਸ਼ਨ ਹੈਗੀ ਸਰਸੇ ਹਰਿਆਣਾ ਦੇ ਵਿੱਚ
ਤੇ ਆਟੋ ਮਾਰਕੀਟ ਸ਼੍ਰੀ ਬਾਲਾਜੀ ਡੀਲਰ ਸਰਵਿਸ ਸ਼ੌਪ ਦਾ ਨੇਮ ਹੈ ਜੀ। ਠੀਕ ਹੈ ਜੀ, ਆਪਣਾ ਨੰਬਰ ਵੀ ਦੱਸ ਦਿਓ। ਮੋਬਾਈਲ ਨੰਬਰ ਹੈਗਾ 9720-2790-2790। ਠੀਕ ਹੈ, ਬਾਕੀ ਜਿਹਨੇ ਕਿਸੇ ਵੀ ਸੀ ਆਰ ਡੀ ਦੀ ਰੂਟਰੀ ਪੰਪ ਦੀ ਮੈਕੁਆਰ ਦੀ ਮੋਡੀਫਿਕੇਸ਼ਨ ਕਰਾਉਣੀ ਤਾਂ ਬਾਈ ਨਾਲ ਜ਼ਰੂਰ ਕੰਟੈਕਟ ਕਰੇ। ਜ਼ਰੂਰ, ਅਤੇ 101% ਆਪਣੀ ਜੈਨੂਅਨ ਸਮਾਨ ਦੀ ਹਰ ਇੱਕ ਪ੍ਰਕਾਰ ਦੀ ਜ਼ਿੰਮੇਵਾਰੀ ਹੈ ਜੀ, ਖਿਚਾਈ ਦੀ ਵੀ, ਐਵਰੇਜ ਦੀ ਵੀ, ਅਤੇ ਜਿੱਥੇ ਵੀ ਤੁਸੀਂ ਚੈੱਕ ਕਰਾ ਸਕਦੇ ਹੋ। ਇੱਕ ਤੁਹਾਨੂੰ ਬਾਦਸ਼ਾਹ ਤੱਕ ਵੀ ਦੇਸੀ ਡੀ ਮਿਲੂਗੀ ਸਾਡੇ ਸਮਾਨ 'ਚ। ਬਾਕੀ ਹਾਂਜੀ ਬਾਈ, ਓਰੀਜਨਲ ਦੀ ਗਰੰਟੀ ਵਰਕਸ਼ਾਪ ਹੈਗੀ ਹੈ ਜੀ, 15 ਸਾਲ ਤੋਂ ਡੀਲਰਸ਼ਿਪ ਸਾਡੇ ਕੋਲ ਹੀ ਹੈਗੀ ਹੈ ਜੀ, ਬੋਸ਼ ਦੀ। ਠੀਕ ਹੈ ਬਾਈ, ਓਰੀਜਨਲੀ ਫੁੱਲ ਗਰੰਟੀ ਦਿੰਦਾ ਬਾਈ ਕੋਲ, ਜ਼ਰੂਰ ਮੌਕਾ ਦਿਓ ਕੰਮ ਕਰਾਉਣ ਦਾ। ਠੀਕ ਹੈ ਜੀ।